जियो तरन गगन नव खंड मह ज्योत स्वरूपी रहो पर पन मथुरा कछु भेद नहीं गोर अर्जन पर तख हर 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 नाम जपंतया काश न कहे जम काल नानक मन तन सुखी हुए अंत मिलह गोपाल वाहे गुरु साहेब जियो कबित लोगन मैं लोगाचार बेदन मैं बेद विचार लोग बेद बीस एक ईश गोर ज्ञान है जोग मैं ना जोग भोग मैं ना खान पान जोग भोगातीत ओन मान ओन मान है दृष्ट दर्श ध्यान शब्द सुरत ज्ञान ज्ञान ध्यान लाख प्रेम परम निदान है मान वाच क्रम श्रम साधना दे आत्म कर्म गुरमुख सुख सर्वोत्तम निदान है वाहे गुरु जी का खालसा वाहे गुरु जी के फतेह। परम सन्मान योग सत्कार योग गुरु सवारी गुरु प्यारी गुरु का खास रूप खालसा साध संगत जीओ सतगुरां दी अत्यंत बख्शिश दे सदका सरबत माई भाई गुर सिख संगतां मिलजुल के दीन दुनी दे मालक अमृत के दाते सतगुरु गुरु गोबिंद सिंह साहिब महाराज सच्चे पातशाह जी दी चरण छो प्राप्त पवित्र स्थान लोक परलोक दे रैबर सतगुरु ग्रंथ साहिब महाराज सच्चे पातशाह तिन्हां दी मुबारक गोद दा आनंद मानदे हुए आ रहे हैं। कृपालू दयालू सतगुरु सानू निवाजन हारे जो बचन संसार दे तारण हित कहे संसार दे जीवां ने आ के उन्हां नूं उपनाया है गुरसिखां ने जीवन विच कमाया है उन्हां गुरु के सिखां दे विचों भाई साहिब भाई गुरदास साहिब जी ने जिथे सबो कुछ कीता गुरु कीआं खुशियां प्राप्त कीतियां ने बख्शिशां लईआं ने उत्थे परोपकार कीता बई आने वाले समय दे विच गुरु के सिख जड़े ने इन्हां बचना नूं कमा के हिरदे विच वसा के जीवन विच उन्नति लिया सकन
ਭਾਈ ਗੁਰਦਾਸ ਸਾਹਿਬ ਨੇ ਗੁਰੂ ਕੇ ਸਿੱਖਾਂ ਨੂੰ ਬੜੇ ਸੁੰਦਰ ਵਿਚਾਰ ਦਿੱਤੇ ਨੇ, ਅਵਗੁਣਾਂ ਦਾ ਤਿਆਗ ਕਿਵੇਂ ਕਰਨਾ ਹੈ, ਸਤਿਗੁਰੂ ਕੋਲ ਕਿਸ ਤਰ੍ਹਾਂ ਆਉਣਾ ਹੈ, ਗੁਰੂ ਗੁਰੂ ਕਿਵੇਂ ਧਿਆਉਣਾ ਹੈ, ਗੁਰੂ ਰੂਪ ਕਿਵੇਂ ਹੋਣਾ ਹੈ ਅਤੇ ਗੁਰੂ ਦੀ ਕਿਰਪਾ ਕਿਵੇਂ ਵਰਤਣੀ ਹੈ। ਕੁਝ ਯੋਗੀ ਜਨ, ਕੁਝ ਵਿਦਵਾਨ ਜਨ ਸਵਾਲ ਕਰਦੇ ਗਏ, ਭਾਈ ਗੁਰਦਾਸ ਸਾਹਿਬ ਉਹਨਾਂ ਨੂੰ ਦੱਸਦੇ ਗਏ ਗੁਰੂ ਕੀ ਸਿੱਖੀ ਦਾ ਮਾਰਗ ਨਿਰਾਲਾ ਹੈ ਅਤੇ ਗੁਰੂ ਕੇ ਸਿੱਖ ਬੜੇ ਪ੍ਰੇਮ ਭਾਵਨੀ ਦੇ ਨਾਲ ਗੁਰੂ ਨੂੰ ਧਿਆਉਂਦੇ ਨੇ। ਭਾਈ ਗੁਰਦਾਸ ਸਾਹਿਬ ਦੇ ਚੱਲ ਰਹੀ ਰਚਨਾ ਦੀ ਵਿਚਾਰ ਕਵਿਤ ਸੁਆਈਏ। ਭਾਈ ਗੁਰਦਾਸ ਸਾਹਿਬ ਗੁਰਸਿੱਖਾਂ ਦੇ ਗੁਣ ਦੱਸਦੇ ਨੇ, ਗੁਰਸਿੱਖ ਕੈਸੇ ਨੇ। ਕਹਿੰਦੇ ਲੋਗਨ ਮੈਂ ਲੋਗਾਚਾਰ, ਬੇਦਨ ਮੈਂ ਬੇਦ ਵਿਚਾਰ। ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਸਿੱਖਾਂ ਦਾ ਐਸਾ ਜੀਵਨ ਹੈ, ਗੁਰਮਤਿ ਦੀ ਧਾਰਨੀ ਹੋ ਕੇ ਗਿਆਨਾਂ ਤੁਰ ਹੋ ਕਰਕੇ ਪਰਿਪੂਰਨ ਪਰਮਾਤਮਾ ਨੂੰ ਆਪਾ ਸਮਰਪਣ ਕਰਕੇ ਉਹਨਾਂ ਨੂੰ ਆਪਣੇ ਹਿਰਦੇ ਅੰਦਰ ਵਸਾ ਕੇ ਅਤੇ ਲੋਕਾਈ ਨਾਲੋਂ ਹਉਮੈ ਭਾਵ 'ਚ ਆ ਕੇ ਵੱਖਰੇ ਨਹੀਂ ਹੁੰਦੇ। ਨਹੀਂ ਕਹਿੰਦੇ ਵੀ ਮੈਂ ਵੱਖਰਾ ਹੈ। ਲੋਗਨ ਮੈਂ ਲੋਗਾਚਾਰ, ਸੰਸਾਰ ਵਿੱਚ ਸਰੀਰ ਦੇ ਸਹਿਤ ਹੋ ਕੇ ਸੰਸਾਰੀਆਂ ਦੇ ਵਿੱਚ ਹੀ ਵਰਤੋਂ ਵਿਵਹਾਰ ਕਰਦੇ ਨੇ। ਇਹਨਾਂ ਦੇ ਨਾਲ ਨਹੀਂ ਚੱਲਾਂਗੇ। ਇਹਨਾਂ ਨੂੰ ਕਿਸ ਤਰ੍ਹਾਂ ਸਮਝਾਇਆ ਜਾਵੇਗਾ? ਇਹਨਾਂ ਨੂੰ ਹਉਮੈ ਵਿੱਚ ਆ ਕੇ ਔਰ ਦੁਈ ਲਿਆ ਕੇ ਆਪਣੇ ਨਾਲੋਂ ਗੁਰਸਿੱਖ ਦੂਰ ਕਰ ਦੇਣਗੇ ਅਤੇ ਉਹ ਗਿਆਨ ਕਿਸ ਵਾਸਤੇ ਹੋਵੇਗਾ? ਕਿਹਨੂੰ ਕਹਾਂਗੇ? ਖੰਡੇ ਬਾਟੇ ਦੀ ਪੌਲ ਛੱਕ, ਗੁਰੂ ਵਾਲਾ ਬਣ, ਬਾਣੀ ਪੜ੍ਹ। ਜਦੋਂ ਇਹਨਾਂ ਤੋਂ ਅਹੰ ਭਾਵ ਨਾਲ ਦੂਰੀ ਬੁਣਾ ਦਿੱਤੀ, ਨਫ਼ਰਤ ਇਹਨਾਂ ਦੇ ਲਈ ਅੰਦਰ ਆ ਗਈ। ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰੂ ਕੇ ਸਿੱਖ ਐਸਾ ਨਹੀਂ ਕਰਦੇ ਲੋਕਾਚਾਰ ਹੋ ਕੇ ਇਹਨਾਂ ਦੇ ਵਿੱਚ ਵਰਤ ਦੇ ਲੁਕਾਈ ਦੇ। ਉਹੀ ਗੁਰੂ ਕੇ ਸਿੱਖ ਜੇ ਕਿਤੇ ਵਿਦਵਾਨਾਂ ਦੀ ਸਭਾ ਵਿੱਚ ਚਲੇ ਜਾਂਦੇ ਨਾ, ਸੰਸਾਰੀਆਂ ਦੇ ਨਾਲ ਉਸ ਕਦਰ ਗੱਲ ਕਰਦੇ ਨੇ ਅਤੇ ਵਿਦਵਾਨਾਂ ਦੇ ਵਿੱਚ ਜਾ ਕੇ ਫਿਰ ਵਿਦਵਤਾ ਭਰਪੂਰ ਬਚਨ ਕਰਦੇ ਨੇ। ਜਿਵੇਂ ਭਾਈ ਗੁਰਦਾਸ ਸਾਹਿਬ ਕਾਂਸੀ ਦੇ ਅੰਦਰ ਗਏ ਅਤੇ ਪਾਵਨ ਪਵਿੱਤਰ ਬਾਣੀ ਜਿਹੜੀ ਜਿਹਦੀ ਵਿਚਾਰ ਚੱਲ ਰਹੀ ਕਵਿਤ ਸੁਆਈਏ, ਬਹੁਤਾਦ ਅੰਦਰ ਕਾਂਸੀ ਵਿੱਚ ਉਚਾਰੇ ਗਏ, ਜਦੋਂ ਵਿਦਵਾਨ ਪੰਡਤਾਂ ਨੇ ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ, ਸਮਝਾਇਆ, ਉਦੋਂ ਗੁਰੂ ਕਾ ਸਿੱਖ ਜਿਹੜਾ ਉਹ ਵਿਚਾਰਕ ਬਣ ਜਾਂਦਾ ਹੈ। ਉਹਨਾਂ ਦੇ ਸਾਹਮਣੇ ਗੁਰੂ ਕੇ ਵਿਚਾਰ ਪੇਸ਼ ਕਰਦਾ ਹੈ, ਉਹਨਾਂ ਵਾਲੇ ਵਿਚਾਰਾਂ ਦੇ ਅਧੀਨ ਨਹੀਂ ਹੁੰਦਾ, ਉਹਨਾਂ ਨੂੰ ਸਮਝਾ ਦਿੰਦਾ। ਸਤਿਗੁਰੂ ਦੇ ਵਿਚਾਰ ਸਰਬੋਤਮ ਨੇ, ਸਾਰਿਆਂ ਤੋਂ ਉੱਤਮ ਨੇ, ਇਹਨਾਂ ਦੀ ਤੁਲ ਕੋਈ ਨਹੀਂ। ਭਾਈ ਗੁਰਦਾਸ ਸਾਹਿਬ ਕਹਿੰਦੇ ਲੋਕ ਬੇਦ ਬੀਸ, ਲੋਕਾਚਾਰੀ ਵਿਚਾਰਧਾਰਾ ਅਤੇ ਬੇਦਾਂ ਦੀ ਵਿਚਾਰ ਗ੍ਰੰਥਾਦਕਾਂ ਦੀ ਵਿਚਾਰ ਚਰਚਾਵਾਂ ਕਰਨੀਆਂ। ਕਹਿੰਦੇ ਬੀਸ ਇਹ ਵੀ ਵਿਸਵੇ ਹੈ ਅਤੇ ਕਹਿੰਦੇ ਇੱਕ ਈਸ, ਕਹਿੰਦੇ ਇੱਕ ਵਿੱਚ ਈਸ਼ਵਰ, ਵੀ ਅਤੇ ਇੱਕ ਈਸ਼ਵਰ। ਔਰ ਫਿਰ ਕੀ ਹੁੰਦਾ ਹੈ? ਕਹਿੰਦੇ ਗੁਰ ਗਿਆਨ ਹੈ, ਗੁਰੂ ਕੇ ਸਿੱਖ ਸੰਸਾਰ ਵੀ ਕੁ ਵਿਸਵੇ ਇਹਦੂ ਅੱਗੇ ਲੰਘ ਕੇ ਗਿਆਨ ਗੁਰੂ ਦਾ ਪ੍ਰਗਟ ਕਰ ਲੈਂਦੇ ਨੇ, ਹਿਰਦਾ ਗੁਰਸਿੱਖਾਂ ਦਾ ਪ੍ਰਕਾਸ਼ਿਤ ਹੋ ਜਾਂਦਾ ਹੈ, ਇਹ ਚਰਚਾਵਾਂ ਤੋਂ ਅੱਗੇ ਲੰਘ ਜਾਂਦੇ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ।
ਉਹ ਕਦੇ ਨਹੀਂ ਕਹਿੰਦੇ ਫਲਾਨੇ ਕੋਲ ਰੱਬ ਨਹੀਂ ਅਤੇ ਫਲਾਨੇ ਦੇ ਹਿਰਦੇ 'ਚ ਨਹੀਂ, ਉਹਨਾਂ ਨੂੰ ਪਤਾ ਲੱਗ ਜਾਂਦਾ ਸਾਰਿਆਂ ਵਿੱਚ ਰੱਬ ਰਮਿਆ ਹੈ। ਕਿਤੇ ਫਲ ਰੂਪ ਹੋ ਕੇ ਉਹਦੇ ਅੰਦਰ ਸੁਗੰਧਤਾ ਦੀ ਸਹਿ 'ਤੇ, ਪਾਣੀ ਰੂਪ ਹੋ ਕੇ ਪਿਆਸ ਮਿਟਾਉਂਦਾ, ਹਵਾ ਰੂਪ ਹੋ ਕੇ ਸਵਾਸ ਪਿਆ ਦੇ ਮੁੰਦਾ ਚਲਾਉਂਦਾ, ਜਿੰਦ ਰੂਪ ਹੋ ਕੇ ਚੇਤਨ ਸਰੂਪ ਹੋ ਕੇ ਸਤਾ ਰੂਪ ਹੋ ਕੇ ਤਨ ਪਿਆ ਚਲਾਉਂਦਾ, ਉਹਨਾਂ ਨੂੰ ਸਰਬ ਥਾਈਂ ਪਰਮਾਤਮਾ ਨਜ਼ਰ ਆਉਂਦਾ ਹੈ। ਇਹ ਉਹਨਾਂ ਨੂੰ ਲੁਕਾਈ ਨਾਲੋਂ ਅਤੇ ਇਹ ਚਰਚਾਵਾਂ ਦੇ ਸਹਿਤ ਵੇਦਾਂ ਦੇ ਗ੍ਰੰਥਾਂ ਦੇ ਵਿਚਾਰਕਾਂ ਨੂੰ ਗੁਰਸਿੱਖ ਅਗਿੱਤਰ ਹੈ, ਅੱਗੇ ਚਲਾ ਜਾਂਦਾ ਹੈ। ਭਾਈ ਸਾਹਿਬ ਕਹਿੰਦੇ ਜੋਗ ਮੈਂ ਨਾ ਜੋਗ, ਭੋਗ ਮੈਂ ਨਾ ਖਾਣੂ ਪਾਣੂ ਹੈ। ਭਾਈ ਸਾਹਿਬ ਕਹਿੰਦੇ ਬਈ ਯੋਗ ਸਾਧਨਾਵਾਂ ਉਹਨਾਂ ਦੇ ਵਿੱਚ ਨਾ ਯੋਗ ਜੁੜਨ ਵਾਲਾ ਕੁਝ ਵੀ ਨਹੀਂ ਹੁੰਦਾ, ਉਹ ਤਾਂ ਕੇਵਲ ਕਰ ਕਰਕੇ ਨਾ ਕਠਿਨ ਸਾਧਨ ਮਨ ਅੰਦਰ ਅਹੰ ਭਾਵ ਆ ਜਾਂਦਾ, ਹੰਕਾਰ ਆ ਜਾਂਦਾ, ਮੈਂ ਇੰਨੀ ਯੋਗ ਸਾਧਨਾ ਕੀਤੀ ਜੀ, ਮੈਂ ਇੰਨਾ ਯੋਗ ਅਭਿਆਸ ਕੀਤਾ ਜੀ। ਔਰ ਕਹਿੰਦੇ ਉਹਨੂੰ ਆਪਣੇ ਉਹਨਾਂ ਸਾਧਨਾ 'ਤੇ ਮਾਣ ਹੋ ਜਾਂਦਾ ਹੈ। ਯੋਗ ਸਾਧਨਾ ਤਾਂ ਹੋਵੇਗੀ, ਮਗਰ ਯੋਗ ਸਾਧਨਾ ਕਰਨ ਲਈ ਜਿੰਦ ਸਰੀਰ ਵਿੱਚ ਹੋਣੀ ਜ਼ਰੂਰੀ ਆ। ਕੋਈ ਮੁਰਦੇ ਨੂੰ ਵੇਖਿਆ ਉੱਠ ਕੇ ਯੋਗ ਆਸਨ ਕਰਦਾ ਹੋਇਆ, ਅਤੇ ਯੋਗ ਆਸਨ ਕਰਨ ਦੇ ਨਾਲ ਕੁਝ ਸਰੀਰ ਦੀ ਤਾਂ ਸਵਸਥਤਾ ਹੋ ਸਕਦੀ ਹੈ, ਪਰਮਾਤਮਾ ਨਹੀਂ ਮਿਲਦਾ ਯੋਗ ਆਸਨ ਕਰਨ ਨਾਲ। ਕਈ ਪਰਮਾਤਮਾ ਦਾ ਨਾਮ ਲੈਣ ਦੀ ਜਗ੍ਹਾ ਕਹਿਣਗੇ ਜੀ ਮੈਂ ਤਾਂ ਯੋਗ ਆਸਨ ਕਰਦਾ ਹੁੰਦਾ, ਕੀਤੀ ਜਾ, ਰੱਬ ਨਹੀਂ ਮਿਲੇਗਾ, ਰੱਬ ਜਪਣ ਨਾਲ ਮਿਲੇਗਾ। ਠੀਕ ਹੈ, ਸਰੀਰ ਦੇ ਔਰ ਕੁਝ ਔਰ ਤੁਸੀਂ ਇਹਨੂੰ ਸੈੱਟ ਬੈੱਟ ਰੱਖਣਾ ਅਤੇ ਉਹਦੇ ਲਈ ਤਾਂ ਹੈ, ਪਰ ਇਹ ਨਹੀਂ ਕਿ ਰੱਬ ਮਿਲਾ ਦੇ ਕਿਸੇ ਨੂੰ ਯੋਗ ਆਸਨ। ਮਹਾਰਾਜ ਨੇ ਬਾਣੀ ਅੰਦਰ ਕਿਹਾ ਯੋਗ ਸਿੱਧ ਆਸਨ 84 ਇਹ ਵੀ ਕਰ ਕਰ ਰਹਿਆ ਵੱਡੀ ਆਰਦਾ ਫਿਰ ਫਿਰ ਜਨਮੈ ਹਰ ਸਿਉਂ ਸੰਗ ਨਾ ਗਹਿਆ। ਪਰਮਾਤਮਾ ਨਾਲ ਨਹੀਂ ਜੁੜਿਆ ਜਾਣਾ ਇਹਦੇ ਤੋਂ ਵੀ ਦੂਰ। ਭੋਗ ਮੈਂ ਨਾ ਖਾਣ ਪਾਣ, ਭੋਗ ਭੋਗਤਾ ਹੋਣਾ, ਪਦਾਰਥਾਂ ਨੂੰ ਭੋਗਣਾ, ਅਤੇ ਕੁਝ ਖਾਣ ਵਾਲੇ ਅਤੇ ਕੁਝ ਪਾਨ ਪੀਣ ਵਾਲੇ ਰਸ, ਉਹਨਾਂ ਦੇ ਵਿੱਚ ਗੁਲਤਾਨ ਹੋ ਕੇ ਪਰਮਾਤਮਾ ਨੂੰ ਭੁੱਲ ਜਾਣਾ, ਉਹ ਰਸਾਂ ਨੂੰ ਮਾਣਦਿਆਂ ਰੱਬ ਚੇਤੇ ਆਵੇ ਇਹ ਰਸ ਰੂਪ ਹੋ ਕੇ ਪਰਮਾਤਮਾ ਹੈ, ਰਸ ਮੈਨੂੰ ਦੇਣ ਵਾਲਾ ਪਰਮਾਤਮਾ ਹੈ, ਇਹ ਮੇਰੇ ਕੰਠੋਂ ਅੰਦਰ ਤਦੋਂ ਉਤਰਨਾ ਜਦੋਂ ਪਰਮਾਤਮਾ ਦੀ ਕਿਰਪਾ ਹੋਈ, ਨਹੀਂ ਤਾਂ ਮੈਨੂੰ ਇਹ ਨਸੀਬ ਨਹੀਂ ਹੋਣਾ। ਮਨੁੱਖ ਰਸ ਦੀ ਉਸ ਜੂਸ ਆਦਿ ਦੀ ਉਸ ਲੀਕੁਡ ਦੀ ਬਹੁਤ ਉਪਮਾ ਕਰਦਾ ਹੈ, ਬੜਾ ਜੀ ਆਨੰਦ ਆਇਆ, ਬੜਾ ਖੁਸ਼ ਹੁੰਦਾ ਹੈ, ਪਰ ਰੱਬ ਦੀ ਕਿਉਂ ਨਹੀਂ ਕਰਦਾ ਕਿ ਪਰਮਾਤਮਾ ਜੇ ਤੂੰ ਮੈਨੂੰ ਰਸਨਾ ਦਿੱਤੀ ਇਹਨੇ ਸਵਾਦ ਚੱਖੇ ਹੈ, ਜੇ ਪਰਮਾਤਮਾ ਤੂੰ ਮੇਰੇ 'ਤੇ ਰਹਿਮਤ ਕੀਤੀ ਤਾਂ ਮੇਰੇ ਤੱਕ ਉਹ ਪਹੁੰਚੇ ਹੈ, ਜੇ ਤੂੰ ਰਹਿਮਤ ਕੀਤੀ ਉਹ ਫਲ ਵਿੱਚ ਬਣਿਆ ਅਤੇ ਸੰਸਾਰ ਦੇ ਯੋਗ ਹੋਇਆ ਹੈ, ਔਰ ਇਹਨੇ ਮੇਰੇ ਅੰਦਰ ਨਸ ਨਸ ਦਾ ਹਿੱਸਾ ਤਦੋਂ ਬਣਨਾ ਹੈ ਜਦੋਂ ਤੇਰੀ ਕਿਰਪਾ ਹੋਈ। ਅਗਰ ਤੇਰੀ ਕਿਰਪਾ ਨਾ ਹੋਈ ਨਾ ਮੇਰੇ ਕੰਠੋਂ ਉਤਰੇ, ਅਤੇ ਜੇ ਉਤਰ ਗਿਆ ਨਹੀਂ ਪਤਾ ਉਪਰ ਛਾਲ ਆ ਕੇ ਬਾਹਰ ਆ ਜਾਵੇ, ਉਲਟੀ ਯਾਦ ਆ ਗਈ ਅਤੇ ਬਾਹਰ ਨਿਕਲ ਆਵੇ ਸਭ ਕੁਝ, ਅੰਦਰ ਕੁਝ ਟਿਕੇ ਹੀ ਨਾ। ਜੋ ਕਈ ਵਾਰ ਪਤਾ ਹੈ ਨਾ ਕੋਈ ਬਿਮਾਰ ਹੋ ਜਾਵੇ ਤਾਂ ਆਪਾਂ ਕਹਿੰਦੇ ਬਈ ਇਹ ਤਾਂ ਪਾਣੀ ਪੀਂਦਾ ਹੈ, ਅਤੇ ਉਹ ਵੀ ਅੰਦਰ ਨਹੀਂ ਰੁਕਦਾ, ਇਹਦੇ ਉਹ ਵੀ ਨਹੀਂ ਰੁਕਦਾ। ਮਹਾਰਾਜ ਮਿਹਰ ਕਰਦੇ ਨੇ, ਸਭ ਪਰਮਾਤਮਾ ਦੀਆਂ ਕਿਰਪਾਵਾਂ ਨੇ, ਪਰ ਅਸੀਂ ਜਾਣੀਆਂ ਨਹੀਂ। ਉਹ ਇਹਨਾਂ ਵਿੱਚ ਗੁਲਤਾਨ ਨਹੀਂ ਹੁੰਦਾ, ਉਹ ਦੇਣ ਵਾਲੇ ਦਾਤੇ ਦਾ ਸ਼ੁਕਰ ਕਰਦਾ ਹੈ। ਮਹਾਰਾਜ ਇਹ ਸਭੋ ਕੁਝ ਤਾਂ ਜੇ ਤੇਰੇ ਤੂੰ ਹੈ, ਤੇਰੇ ਤੋਂ ਬਿਨਾਂ ਕੁਝ ਨਹੀਂ। ਯੋਗ ਭੋਗਾ ਤੀ ਤੇ ਉਨ ਮਨ ਉਨ ਮਨ ਹੈ, ਉਹ ਯੋਗ ਤੇ ਭੋਗ ਪਦਾਰਥ ਜਿਹੜੇ ਇਹਦੇ ਤੋਂ ਅਤੀਤ ਅਸੰਗ ਹੋਣਾ, ਵੱਖਰਾ ਹੋਣਾ, ਅਪਰਾਮ ਹੋਣਾ,
ਇਹਦਾ ਮਤਲਬ ਇਹ ਨਹੀਂ ਕਿ ਗੁਰਸਿੱਖ ਭੋਜਨ ਨਹੀਂ ਛਕਦਾ, ਗੁਰਸਿੱਖ ਕੁਝ ਛਕਦਾ ਛਕਾਉਂਦਾ ਨਹੀਂ, ਕੋਈ ਪਾਣੀ ਆਦਿਕ ਜੂਸ ਆਦਿ ਨਹੀਂ ਪੀਂਦਾ, ਫਲ ਫਰੂਟ ਨਹੀਂ ਖਾਂਦਾ, ਸਭ ਕੁਝ ਖਾਂਦਾ ਹੈ। ਇਹਦਾ ਮਤਲਬ ਇਹ ਨਹੀਂ ਕਿ ਉਹ ਸਰੀਰ ਦੀ ਸਵਸਥਤਾ ਵਾਸਤੇ ਕੋਈ ਵਰਜਿਸ਼ ਨਹੀਂ ਕਰਦਾ, ਕਰਦਾ ਹੈ, ਪਰ ਇਹਨੂੰ ਇਸ ਲਈ ਨਹੀਂ ਕਰਦਾ ਵੀ ਇਹੀ ਰੱਬ ਆ, ਇਹਦੂ ਅੱਗੇ ਕੁਝ ਨਹੀਂ, ਔਰ ਇਹਦੂ ਅੱਗੇ ਕੁਝ ਨਹੀਂ। ਜਿਹੜਾ ਗੁਰਸਿੱਖ ਉਹ ਪਹਿਲਾਂ ਨਿਤਨੇਮ ਕਰੇਗਾ, ਪਹਿਲਾਂ ਗੁਰੂ ਗੁਰੂ ਜਪੇਗਾ, ਫਿਰ ਉਹ ਸਰੀਰ ਦੀ ਸਵਸਥਤਾ ਦੇ ਲਈ ਔਰ ਯਤਨਸ਼ੀਲ ਹੋਵੇਗਾ, ਹੁਣ ਕੁਝ ਸਮਾਂ ਸਰੀਰ ਦੇ ਲਈ ਵਰਜਿਸ਼ ਕੀਤੀ ਜਾਵੇ। ਕਹਿੰਦੇ ਉਨ ਮਨ ਔਰ ਉਹਨਾਂ ਤੋਂ ਅਤੀਤ ਅਸੰਗ ਹੋ ਕੇ ਉਨਮਨੀ ਅਵਸਥਾ, ਜਿਹੜੀ ਕੇਵਲ ਮੋਕਸ਼ ਹੈ, ਉਨਮਾਨ ਹੈ, ਉਹਦਾ ਅਨੁਮਾਨ ਲਾਉਣਾ, ਅੰਦਾਜ਼ਾ ਲਾਉਣਾ, ਉਹਦੇ ਵਿੱਚ ਵਰਤਣਾ, ਉਹੋ ਜਿਹਾ ਰੂਪ ਬਣਾਉਣਾ। ਆਪਾਂ ਜਾਂਦੇ ਨਾ ਕਿਸੇ ਸਾਧੂ ਦੇ ਗੁਰਸਿੱਖ ਦੇ ਦਰਸ਼ਨ ਕਰਨੇ, ਵਾਹ ਜੀ ਵਾਹ, ਕਿਆ ਚੌਂਕੜਾ ਲਾ ਕੇ ਬੈਠਾ ਮਹਾਤਮਾ, ਬੜਾ ਨਾਮ ਜਪਦੇ ਨੇ, ਬੜੀ ਸੰਗਤ ਕਤਾਰਾਂ ਬੰਨ ਕੇ ਖੜੀ ਆ, ਔਰ ਬਾਬੇ ਨੇ ਬੋਲ ਕਰਤੇ, ਬਾਣੀ ਪੜਿਆ ਕਰੋ, ਆ ਕੇ ਨਾ ਉਹ ਪੜ੍ਹੀ ਅਤੇ ਨਾ ਉਹ ਸੁਣੀ, ਉੱਥੋਂ ਲੈ ਕੇ ਕੀ ਆਏ, ਸਮਾਂ ਹੀ ਖਰਾਬ ਕਰਕੇ ਆਏ ਆ ਨਾ। ਅਗਰ ਉਹਦੇ ਵੱਲੇ ਤੱਕ ਕੇ ਕਿਤੇ ਚੌਂਕੜਾ ਲਾਉਣ ਲੱਗ ਪੈਂਦਾ, ਜਪਣ ਲੱਗ ਪੈਂਦਾ, ਜੁੜਨ ਲੱਗ ਪੈਂਦਾ, ਅੰਦਰੋਂ ਤੁਰਨ ਲੱਗ ਪੈਂਦਾ ਪਰਮਾਤਮਾ ਦੇ, ਔਰ ਤਾਂ ਹੀ ਆਪਣੀ ਸੁਰਤ ਜੋੜਨ ਲੱਗ ਜਾਂਦਾ। ਜੇ ਉਹ ਕਿਤੇ ਉਹਦੇ ਬਚਨ ਕਮਾ ਲੈਂਦਾ ਨਾ, ਬੇੜੇ ਤਾਂ ਪਾਰ ਹੋਣੇ ਸੀ, ਇਕੱਲਾ ਗਿਆ ਅਤੇ ਗੇੜੇ ਦੇ ਕੇ ਆ ਗਿਆ, ਮਹਾਰਾਜ ਨੇ ਬਚਨ ਕੀਤੇ, ਜੇ ਕੋ ਬਚਨ ਕਮਾਵੇ ਸੰਤਨ ਕਾ ਗੁਰਪ੍ਰਸਾਦੀ ਤਰੀਏ, ਉਹ ਤਾਂ ਗੁਰੂ ਦੀ ਕਿਰਪਾ ਹੁੰਦੀ ਹੈ ਅਤੇ ਔਰ ਉਹ ਤਰ ਜਾਂਦਾ ਹੈ, ਬਚਨ ਗੁਰੂ ਕਾ ਹੈ, ਔਰ ਸਾਧੂ ਦੱਸਦਾ ਹੈ, ਅਤੇ ਉਹ ਸਾਧੂ ਨਹੀਂ ਜਿਹੜਾ ਕਹੇ ਬਈ ਮੇਰੇ ਕੋਲ ਹੀ ਆਉਣਾ ਹੈ ਅਤੇ ਮੇਰੇ ਤੋਂ ਬਗੈਰ ਕੋਈ ਨਹੀਂ ਦੱਸ ਸਕਦਾ। ਸਾਧੂ ਜਿਹੜਾ ਹੈ ਉਹ ਸਤਿਗੁਰੂ ਦੀ ਬਾਂਹ ਪਕੜਾ ਦਿੰਦਾ, ਉਹਦਾ ਪੱਲਾ ਪਕੜਾ ਦਿੰਦਾ, ਲੈ ਭਲਿਆ ਅਰਦਾਸ ਤੇਰੀ ਸਤਿਗੁਰੂ ਅੱਗੇ ਕੀਤੀ ਆ, ਭਾਵਨਾ ਤੇਰੀ ਅਤੇ ਦਾਤ ਗੁਰੂ ਦੀ ਉਹਨੇ ਬਖਸ਼ਣੀ ਹੈ, ਹੁਣ ਤੂੰ ਜਪਣਾ ਹੈ, ਤੁਰਨਾ ਹੈ ਅਤੇ ਮੰਜ਼ਲ ਗੁਰੂ ਨੂੰ ਬਣਾ ਕੇ ਤੁਰਨਾ ਹੈ। ਉਹ ਦੱਸ ਦਿੰਦਾ ਹੈ ਉਸ ਅਵਸਥਾ ਦਾ ਅੰਦਾਜ਼ਾ ਲਾ ਕੇ ਅਤੇ ਉਹਦੇ ਵਿੱਚ ਉਹਨੂੰ ਪ੍ਰਾਪਤ ਕਰ, ਜੁੜ। ਮਨ ਬਚ ਕ੍ਰਮ ਸਰਮ ਸਾਧਨ ਦੇ ਆਤਮ ਕਰਮ, ਕਹਿਣ ਲੱਗੇ ਬਈ ਮਨ ਜਿਹੜਾ ਕਬਹੂ ਜੀਅੜਾ ਉਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਬਚ ਬਚਨ ਬੋਲ, ਪਤਾ ਹੀ ਨਹੀਂ ਲੱਗਦਾ ਕਈ ਵਾਰ ਬੋਲਦੇ ਕੀ ਆ ਅਤੇ ਬੋਲਣਾ ਕਿਹੜੀ ਜਗ੍ਹਾ 'ਤੇ ਕੀ ਆ। ਕਈ ਵਾਰ ਨਾ ਆਪਾਂ ਨੂੰ ਆਪ ਨੂੰ ਹੀ ਪਛਤਾਵਾ ਹੁੰਦਾ ਹੈ, ਕਿਤੇ ਗੱਲਾਂ ਬਾਤਾਂ ਕਰਦੇ ਹਾਂ, ਦੋ ਚਾਰ ਗੱਲਾਂ ਬੋਲੀ ਜਾਈਏ ਨਾ, ਕਹਿੰਦਾ ਯਾਰ ਆਹ ਗੱਲ ਉੱਥੇ ਐਂ ਹੋ ਗਈ, ਕਿਉਂ ਹੋ ਗਈ, ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਮੂੰਹੋਂ ਨਿਕਲ ਗਈ ਹੈ, ਉਹ ਕੱਢਣੀ ਵੀ ਨਹੀਂ ਸੀ ਚਾਹੁੰਦਾ। ਔਰ ਫਿਰ ਕੀ ਹੈ ਕਰਮ ਜੋ ਧੰਦਾ ਕਰਨਾ, ਆਪਾਂ ਕਹਿ ਦਿੰਦੇ ਨਾ ਮੈਂ ਤਾਂ ਕਰਨਾ ਨਹੀਂ ਸੀ ਚਾਹੁੰਦਾ, ਪਤਾ ਹੀ ਨਹੀਂ ਕਿਵੇਂ ਹੋ ਗਿਆ, ਜਾਂ ਕਿਸੇ ਨੇ ਕਰਾ ਦਿੱਤਾ ਉਹ ਮਾੜਾ, ਇਹਨਾਂ ਮਾੜੇ ਪਾਸਿਆਂ ਤੋਂ ਮਾੜੇ ਫੁਰਨੇ ਮਨ ਕਰਕੇ, ਮਾੜੇ ਬੋਲ ਅਤੇ ਮਾੜੇ ਕੰਮ, ਸਰਮ ਉਦਮ ਔਰ ਸਾਧਨਾ ਧਿਆਨ ਔਰ ਅਧਿਆਤਮਾ ਕਰਮ, ਕਹਿਣ ਲੱਗੇ ਕਿ ਸਾਧਨਾ ਕਰਨੀ, ਸਾਧਨਾ ਸੰਪੰਨ ਹੋਣਾ ਅਤੇ ਅਧਿਆਤਮਕ ਕਰਮ, ਅਧਿਆਤਮਕ ਕਰਮ ਕਰਨੇ, ਅਧਿਆਤਮਕ ਕਰਮ ਕਰਨੇ ਅਤੇ ਅਧਿਆਤਮਕ ਤੇਰੇ ਬੋਲ ਹੋਣ, ਅਧਿਆਤਮਕ ਤੇਰੇ ਮਨ ਦੇ ਅੰਦਰ ਫੁਰਨੇ ਉਤਪੰਨ ਹੋਣ ਰੱਬ ਵਾਲੇ, ਉਹ ਕਰਮ ਕਰ। ਗੁਰਮੁਖ ਸੁਖ ਸਰਬੋਤਮ ਨਿਧਾਨ ਹੈ, ਜਦੋਂ ਇਹ ਕਰਮ ਕਰੇਗਾ ਨਾ, ਔਰ ਉਦੋਂ ਗੁਰਮੁਖ ਨੂੰ ਜਿਹੜੇ ਆ ਸਾਰਿਆਂ ਤੋਂ ਉੱਤਮ ਸੁੱਖ ਮਿਲੇਗਾ ਪਰਮਾਤਮਾ, ਉਹ ਪਰਮਾਤਮਾ ਜਿਹੜਾ ਨਾਮ ਦਾ ਖਜ਼ਾਨਾ ਅਤੇ ਸਾਰੇ ਸੁੱਖਾਂ ਦੀ ਨਿਧੀ ਹੈ, ਸਮੁੰਦਰ ਹੈ, ਅਹੁਦੀ ਹੈ ਸਾਰੇ ਸੁੱਖਾਂ ਦੀ, ਕਿਉਂਕਿ ਕਰਮਾਂ ਦੇ ਕੀਤਿਆਂ ਹੀ ਨਜ਼ਦੀਕੀ ਵਧਣੀ ਹੈ ਅਤੇ ਕਰਮ ਕਰਨ ਵਾਲੀ ਦੂਰੀ ਹੋਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ, ਜਿਨੀ ਨਾਮ ਧਿਆਇਆ, ਜਿਨ੍ਹਾਂ ਨੇ ਨਾਮ ਧਿਆਇਆ
और ये भी बचन कहे कर्मी आपो अपनी, अपने अपने कर्म किते हुए चंगे जा माड़े। कर्मी आपो अपनी के नेड़े किन्ने कही परमात्मा दे नेड़े गए चले चंगे कर्मा वाले, के दूर मेरे वर्गे बाहरों बोलन वाले अंदरों कुछ होर चितवन वाले पता नहीं रब तो किन्ने क दूर गए चले। ते पर जिनी नाम ते आया गए मुशक्कत काल, नानक ते मुख उजले केती छुट्टी नाल कर्म। और वो कर्म करने करते नू पाउ ली, कर्मां दा सब्जेक्ट बड़ा लंबेर है, मैं संखेप च अर्ज कर रहे हैं। महाराज कहंदे उन्नू जप ते फिर गुरमुख सुख सर्वोत्तम, सारिया तो उत्तम सुख की है परमात्मा नू पाउना। ते गुरमुख दे कोल सर्व निदान है, सर सारिया दा निदान, निधियां दा खजाना, वैगुरु दा नाम, वैगुरु ही मिल जाता है जिन्हें सारे सुख देने, जिन्हें सारिया सुविधावां जीव नू उपलब्ध कराउनिया ने वो आप मिल जाता है। भाई साहब अगले कवित द्वारा कहंदे शब्द सुर तले बतावत बरज राख। जदों गुरसिख दी सुरत एकाग्रता बना के कर्म करदी है, वचन करदे आ, संसार विच विचरदे आ, सर्वोत्तम और परमात्मा नाल जुड़दे आ, और शब्द विच जुड़ जांदी, उपदेश विच जुड़ जांदी है, ब्रह्म विच लीनता हासिल कर लैंदी है, वो टुटी हुई लिव जिहड़ी जन्म वेले लिव छुड़की लगी तृष्णा माया अमर वरताया, माया दे प्रभाव हेठ आके दूरी बन गई, दूर चले गए, के नेड़े के दूर, रब तो दूर चले गए। कहंदे वो जदों सुरत जुड़ी ना, जिहड़ा मन दौड़दा सी ना कदे पदार्थां नूं, कदे गलत वासनावां नूं और गलत फुरने, कह लगे वो धावत बरज रहावे। वो धावते धावत मैना हुंदा दौड़ना, दौड़दे दौड़दे मन नूं जिहड़ा इधर उधर दौड़ रहा सी ना उहनूं वरज मैना हुंदा है रोकना। कहिंदा ना मैं तैनूं इस गल तों वरजिया सी पर तू बाज ना आया, उहनूं रोकना और रोक लैंदा है सुरत शब्द दा मिलाप करके, शब्द दी सिख्या ग्यान दे के दौड़दे हुए मन नूं रोक लैंदा, मन स्थित हो जांदा, टिक जांदा। जदों मन टिक जांदा है फिर महाराज कहिंदे निहचल मत मन उन मन भीन है। फिर निहचल दा अर्थ हुंदा है जिन्हों कोई हिला ना सके और जिन्हों कोई डुला ना सके, और वो मत आउंदी है जिहड़ी कदे फिरदी नहीं। और आपां कहने फलाने दी मत मारी गई, वाह कम कीता सोने, वो मत मरदी नहीं, उन्हूं मारन वाला नहीं कोई रह जांदा, क्योंकि वो मत गुरु दी है, गुरमत है। ता ही साहब ने कहा सी गुर की मत तू ले आने, भगत बिना बहु डूबे सियाने, गुरु दी मत लै। निहचल स्थिरता टिकाओ मन, मन टिक जांदा है मत गुरु दी ग्रहण करके, गुरु दी मत विच। उन मन भीन है, उन मनी अवस्था केवल मोक्ष जेड़ी परमात्मा दा मिलाप ते उहदा जाप जुड़ी हुई सुरत नाल, उस रस दे विच मन भिज जांदा है, उहदे विच भिज जांदा है। और वो जदों उहदे विच भिजदा है तैनूं शांति मिलदी है बाहर दी तपश, ते तपदा होया मनुख तपदे होए पंछी पुरिंदे पानी विच नहाउंदे कदे लई, सकून मिले, पानी पींदे कदे लई, प्यास मिटे, प्यास वधदी है ज्यादा तरश तपश दे नाल। जदों तपशिया, हुण गर्मी दी रुत चल पई ना, देखियो किन्ना पानी आपां पीने ठंडा,
ਅਤੇ ਜਦੋਂ ਸਿਆਲੇ ਰੁੱਤ ਆ ਗਈ ਉਦੋਂ ਜ਼ਰਾ ਕੁ ਤਕਾਦਾ ਲਾ ਲੈਣਾ ਕਿੰਨਾ ਕੁ ਪਾਣੀ ਆਪਾਂ ਪੀਂਦੇ ਹਾਂ, ਕਿਉਂਕਿ ਤਪਸ਼ ਨਾਲ ਪਿਆਸ ਏ, ਤਪਸ਼ ਨਾਲ ਨਹਾਉਣਾ ਹੈ। ਕਹਿੰਦੇ ਮਨ ਨੂੰ ਉਹ ਮਾਲਕ ਦੇ ਨਾਮ ਜਲ ਦੇ ਵਿੱਚ ਪ੍ਰਵੇਸ਼ ਕਰ ਦਿੰਦਾ ਅੰਦਰੋਂ ਅਤੇ ਬਾਹਰੋਂ, ਬਾਹਰੀ ਤਨ ਕਰਕੇ ਅਤੇ ਮਨ ਕਰਕੇ ਮਨੁੱਖ ਸਿੰਜਿਆ ਜਾਂਦਾ ਹੈ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੇ ਸਤਿਗੁਰੂ ਮੇਰੇ 'ਤੇ ਕਿਰਪਾ ਕਰ। ਔਰ ਗੁਰੂ ਵੱਲ ਨੂੰ ਜਿਹੜਾ ਚੱਲਦਾ ਹੈ ਨਾ ਉਹਨੂੰ ਮਹਾਰਾਜ ਕਹਿੰਦੇ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ। ਸੋਏ ਮਹਿਣਾ ਹੁੰਦੀ ਉਹ ਪਰਮਾਤਮਾ ਦੀ ਕਨਸੋ ਸੁਨੀ, ਕੰਨਾਂ ਦੇ ਵਿੱਚ ਕਿਸੇ ਨੇ ਆ ਕੇ ਸੁਨੇਹਾ ਦੇ ਦਿੱਤਾ, ਕਿਸੇ ਤੋਂ ਅਚਨਚੇਤ ਉਹਦੀ ਗੱਲ ਸੁਣ ਲਈ, ਆਪਾਂ ਕੰਨਾਂ ਨਾਲ ਸੁਣ ਰਹੇ। ਔਰ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਮਨ ਵੀ ਕਰਦਾ ਆਪਣਾ ਲੋਚਦਾ ਨਾ ਮਹਾਰਾਜ ਦਾ ਦੀਦਾਰ ਹੋਵੇ, ਕਦੇ ਐਂ ਜੇ ਜਪਣ ਲੱਗ ਜਾਈਏ ਸਿਮਰਨ ਚੱਲ ਪਵੇ, ਅਤੇ ਤਨ ਕਰਕੇ ਵੀ ਆਉਂਦੇ ਹਾਂ, ਬੈਠਦੇ ਹਾਂ, ਟਿਕਦੇ ਹਾਂ। ਤਨ ਮਨ ਮੌਲਾ ਖੜਾਵਟ ਵਿੱਚ ਆਉਣਾ, ਔਰ ਜਿਹਨੂੰ ਮਹਾਰਾਜ ਕਹਿੰਦੇ ਮੌਲੀ ਧਰਤੀ ਮੌਲਿਆ ਆਕਾਸ਼, ਭਾਵ ਕਿ ਬਸੰਤ ਰੁੱਤ ਆਈ ਅਤੇ ਧਰਤੀ ਹਰਿਆਵਲ ਦਾ ਫੁੱਲਾਂ ਨਾਲ ਸਰਸਬਜਾਈ, ਅਤੇ ਔਰ ਮਨ ਅਤੇ ਤਨ ਮੌਲਿਆ ਖੜਾਵਟ ਵਿੱਚ ਆ ਗਿਆ। ਔਰ ਕਹਿੰਦੇ ਫਿਰ ਹੋਇਆ ਕਿ ਨਾਮ ਜਪੰਦੜੀ ਲਾਲੀ, ਅਤੇ ਉਹਨੂੰ ਫਲ ਲੱਗਦੇ ਆ ਨਾ ਬਸੰਤ ਬਹਾਰ ਦੇ ਫੁੱਲ, ਅਤੇ ਫੁੱਲਾਂ ਦੇ ਪਿੱਛੇ ਫਲ, ਅਤੇ ਫਿਰ ਫਲ ਜਦੋਂ ਪੱਕਦੇ ਉਹਨਾਂ ਦਾ ਰੰਗ ਵਟਿਆ ਜਾਂਦਾ ਹੈ, ਰੰਗ ਬਦਲਣ ਲੱਗ ਜਾਂਦਾ ਹੈ, ਚੇਂਜ ਹੋ ਜਾਂਦਾ ਰੰਗ, ਅਤੇ ਦੂਰੋਂ ਦੇਖਣ ਵਾਲਾ ਕਹਿੰਦਾ ਇਹਦਾ ਰੰਗ ਚੇਂਜ ਹੋ ਗਿਆ ਹੈ, ਔਰ ਇਹ ਰਸ ਨਾਲ ਭਰ ਗਿਆ ਹੈ। ਨਾਮ ਜੋ ਪੰਦੜੀ ਲਾਲੀ, ਸੁਰਤ ਸ਼ਬਦ ਮਿਲ ਕੇ ਇਕਾਗਰਤਾ ਬਣਾ ਕੇ ਗੁਰੂ ਦੀ ਮਤ ਦੇ ਸਹਿਤ ਹੋ ਕੇ ਅੰਦਰੋਂ ਗੁਰਮੁਖ ਲਾਲੋ ਲਾਲ ਹੈ, ਸੱਚੀ ਰਤਾ ਸੱਚ, ਉਹ ਸੱਚ ਵਿੱਚ ਜੁੜ ਗਿਆ ਤੇ ਲਾਲੋ ਲਾਲ ਹੋ ਜਾਂਦਾ ਹੈ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੈ ਦਾਗਾ। ਬਾਹਰ ਦੇ ਨਹੀਂ ਰੰਗ, ਰੰਗ ਅੰਦਰ ਦਾ ਹੈ, ਜਾ ਕੋ ਹਰ ਰੰਗ ਲਾਗੂ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ। ਉਹਨੇ ਉਹ ਨਾਮ ਦਾ ਰੰਗ ਲਾ ਲਿਆ ਹੈ, ਨਾਮ ਜਪੰਦੜੀ ਲਾਲੀ, ਉਹ ਇੱਕ ਧਾਰਾ ਬਣ ਗਈ ਅੰਦਰ, ਅੰਦਰ ਲਾਲ ਆ ਗਿਆ ਹੈ। ਆ ਮੌਲਕ ਪਰਮਾਤਮਾ ਦਾ ਨਾਮ ਅਤੇ ਉਹਦੀ ਲਾਲੀ ਆ, ਉਹਦਾ ਰੰਗ ਹੈ, ਅੰਦਰ ਧਾਰਾ ਬਣੀ। ਕਹਿ ਲੱਗੇ ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ। ਜਿਵੇਂ ਜਿਵੇਂ ਆਪਾਂ ਕਿਸੇ ਠੰਡੀ ਜਗ੍ਹਾ ਵੱਲ ਨੂੰ ਜਾਈਏ, ਹਿਮਾਲਿਆ ਪਰਬਤ ਵੱਲ ਨੂੰ ਜਾਈਏ, ਕਸ਼ਮੀਰ ਵੱਲ ਨੂੰ ਜਾਈਏ ਗਰਮੈਸ਼ ਦੇ ਦਿਨਾਂ 'ਚ, ਅਤੇ ਠੰਡੀਆਂ ਹਵਾਵਾਂ ਪਹਿਲਾਂ ਹੀ ਆਉਣ ਲੱਗ ਜਾਂਦੀਆਂ। ਜਿਵੇਂ ਨੇੜੇ ਤੁਰੇ ਜਾਈਏ ਬਰਫੀਲੇ ਇਲਾਕੇ ਨੂੰ, ਆਖੀਦਾ ਵੀ ਨੇੜੇ ਜੇ ਹੁਣ ਪਹੁੰਚ ਗਏ ਠੰਡ ਵੱਧਦੀ ਜਾਂਦੀ। ਕਹਿੰਦੇ ਨਾਮ ਜਪਦਿਆਂ ਜਪਦਿਆਂ ਨਾ ਅੰਦਰ ਦਾ ਸਫ਼ਰ ਕਰਦੇ ਹਾਂ, ਜਿਵੇਂ ਜਿਵੇਂ ਮਹਾਰਾਜ ਵੱਲ ਨੂੰ ਅੰਦਰੋਂ ਮਨ ਤੁਰਿਆ ਜਾਂਦਾ ਹੈ ਨਾ, ਸ਼ਬਦ ਨਾਲ ਜੁੜਿਆ ਜਾਂਦਾ ਹੈ ਨਾ, ਉਵੇਂ ਉਵੇਂ ਨੂੰ ਸ਼ਾਂਤੀ ਆਉਂਦੀ ਜਾਂਦੀ, ਟਿਕਾਓ ਆਉਂਦਾ ਜਾਂਦਾ, ਅੰਦਰ ਠੰਡਤਾ ਪ੍ਰਾਪਤ ਹੁੰਦੀ ਜਾਂਦੀ ਹੈ। ਇਹਨੂੰ ਮਹਿਸੂਸ ਹੁੰਦਾ ਹੁਣ ਰੱਬ ਨੇੜੇ, ਰੱਬ ਵਧੇ ਨੇੜੇ ਪਹੁੰਚਣ ਲੱਗ ਪਏ। ਹਵਾਵਾਂ, ਸੁਵਿਧਾਵਾਂ, ਸੁੱਖ ਸ਼ਾਂਤੀ ਪ੍ਰਾਪਤ ਹੁੰਦਾ। ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਅਤੇ ਨਾਮ ਜਪਦਿਆਂ ਅੰਦਰ ਉਹ ਲਾਲੀ ਬਣੀ, ਰੱਬ ਨਾਲ ਜੁੜਨ ਵਾਲੀ। ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਨਾਲ, ਔਰ ਨਾਮ ਜਪੰਦੜੀ ਲਾਲੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਫਿਰ ਹੋਇਆ ਕਿ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ ਸੱਚੀ ਸਰਕਾਰ ਕਹਿਣ ਲੱਗੇ। ਔਰ ਜਦੋਂ ਐਸਾ ਹੋਇਆ ਨਾ ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਅਤੇ ਫਿਰ ਇਹਦੂ ਅੱਗੇ ਕੀ ਹੋਇਆ, ਗੁਰਦਰਸ਼ਨ ਦੇਖ ਨਿਹਾਲੀ।
उहदे दर्शन कीते, उहदी रहमत दी नदर पई, नदरों नदरी उहने निहाल कर दिता और उन मन भीन है भिज गया मन उहदे विच जाके। हुण तपश रही नहीं, दुख रहा ही नहीं, सारे सुख ने। भाई साहब कहंदे सागर लहर गाते आत्म तरंग गंगा, जिवें सागर समुंदर दियां लहरां गत वांग, और कहंदे इस तरह आत्म तरंग गंगा, जिवें गंगा विच उपजदियां लहरां ते आत्मा दे अंदरों उपजदियां तरंगा उछाले, ते तरंगा जेड़ियां ने गंगा विचों उपजदियां ने, गंगा तो वखरियां नहीं, गंगा दे पानी तो, दरिया दे विचों उठदियां लहरां ने और लहरां दरिया नालों वख नहीं। कहंदे ऐसी गत हालत गुरसिख दी आ, गुरसिख जेड़ा उहनूं पता लग जांदा है वाहिगुरु और तू ऐसा है, तू समुंदर है, असी तेरे विचों उपजियां होईयां लहरां हाँ, और तू गंगा रूप है, तेरे विचों उपजियां असी तरंगा हाँ, है ता तेरा ही रूप, तू ना होवे ते साडी होंद किथे आ, और गंगा ना होवे ते तरंगा किथे, ते समुंदर ना होवे ते लहरां कित्थों आउणगियां। लहरां तां ने जे समुंदर है, संसार तां ए जे निरंकार है, निरंकार तो बिना नहीं। और भाई साहब कहंदे परम अद्भुत परमार्थ प्रवीण है, वह बहुत ही जेड़ा अद्भुत और अलौकिक जिहा ज्ञान उहदा, ते परमार्थ जेड़ा अगे सब तो परम वड्डा और पदार्थ वाहगुरु का नाम, कहंदे उहदे विच प्रवीण है, बड़े प्रवृत्त होना, प्रकाश वाला है, उत्कृष्ट है। ते इत्थे प्रवीण का अर्थ वैसे सियाना भी हुंदा है, पर इत्थे विशेष करके आ, और जेड़ा और परमात्मा का उत्कृष्ट सब तो उत्तम प्रकाश और संसार नूं दिखाई देना, वह निरंकार हिरदे विच भी है, ते लुकाई विच भी, अंदर भी ते बाहर भी है। भाई साहब कहंदे गोरे उपदेश नर मूल कर तन धन, कहंदे एवें बाहर ना भजा फिर गुरसिखा। भाई गुरदास साहब कहंदे जेड़ा गुरु का उपदेश है ना, तैनू भलिया की कदर नहीं, कदे मुल चीज लैनी पवे ना तो सानू दी कदर हुंदी आ, माचिस हुंदी ना, और पहला दस पैसों की सी, वीहां की हुई, हुण मैनूं लगदा 2 रुपए की होवेगी, ज़्यादा होवेगी, और लगभग तो उन्हों असी संभाल संभाल के रखते हैं, बीबियां घरे संभाल के रखदियां दी लोड़ आ। कहंदे सजना गुरु का उपदेश सारिया ने सुनिया और गुरु की बाणी सारिया सुनी, उन्हों कदे नहीं संभाल के रखिया, क्योंकि उहदी असी दुखी दित्ती नहीं। कोई गल नहीं, नहीं अज ते कल फिर सुन लांगे, उहदा पता भी 2 रुपये पल्यों खर्चने पैणगे डब्बी लियाउण लई, ते जे पता होवे ना कुछ दे के उपदेश लिया ते आपे ही भज भज के बंदा उहदी संभाल करे, इहनूं मैं जपना है। और इस पासे गुरमत जिहड़ी आ ना, इधर मनुख अवेसला अवेसला क्यों हुंदा है, जिधर डर नहीं हुंदा, डर उधर हुंदा जिधर पाप है, जिधर कोई अपराध है, उहदी दंड धारा जिधर पता भी डंडा है, सीधे जे रूप च मैं कह दे, संसार वाले विकार बदफैलियां चोरी डकैती करनी है ना, तो मनुख बड़ा सावधान है, क्योंकि उन्हें पता कोई वेख ना लवे, किसी नूं पता ना चल दे, दंड धारा आवेगी, दुख आवेगा, इज्जत चली जाएगी, बहुत पवाड़े पैणगे, इधर सावधान है, इधर मन करके पूरा सावधान है। तो जिहड़ी चीज मन होवे ना, उहदी अंदर छाप बन जाती है, उहदा इह कह लो भी लेख बनता है, जिहड़ी चीज मन होवे। तो इस करके असी विकारां च डर वालियां चीजां ज़्यादा सावधान होंदे आ, वो साडा लिखत बनती है, तो नाम जपदा संगत करदा भी मन बाहर तुरिया फिरदा, इत्थे किहड़ा डर, इत्थे किसी ने पुछना थोड़ा आ, इत्थे बाबा किहड़ा डंडा मारन लगा। इस करके साडे अंदर नाम की छाप घट ही बनती है, नाम वाला लेख घट ही बनता है, त
ਤਾਂ ਹੀ ਤਾਂ ਜੂਨੀਆਂ ਵਿੱਚ ਪੈਨੇ, ਤਾਂ ਹੀ ਤਾਂ ਦੁੱਖ ਪਾਉਂਦੇ ਆ। ਇੱਧਰ ਡਰ ਕੋਈ ਨਹੀਂ ਨਾ, ਇੱਧਰ ਆ ਕੈਂਪਰੀ ਪਾ ਕੇ ਆ ਜਾਈਏ ਅਤੇ ਭਾਵੇਂ ਅਸੀਂ ਅੱਧੀਆਂ ਬਾਹਾਂ ਵਾਲੀ ਉਹ ਟੀ ਸ਼ਰਟ ਜੀ ਪਾ ਕੇ ਆ ਜਾਈਏ, ਮੈਂ ਕਈਆਂ ਦੇ ਵੇਖਦਾ ਹੁੰਦਾ ਆ ਕੱਛਾਂ ਤੱਕ ਥੱਲੇ ਨਾ ਕੱਖ ਵੀ ਨਹੀਂ ਹੁੰਦਾ, ਜਿਵੇਂ ਬਨੈਣ ਹੁੰਦੀ ਅਤੇ ਕਿਸੇ ਅਫਸਰ ਦੇ ਇਸ ਤਰ੍ਹਾਂ ਪਾ ਕੇ ਨਾ ਉਹਦੇ ਉਹ ਕੀ ਕਹਿੰਦੇ ਉਹਨੂੰ ਦਫ਼ਤਰ 'ਚ ਚਲੇ ਜਾਇਆ ਜੀ, ਆਪਣੇ ਥਾਣੇ 'ਚ ਹੀ ਐਂ ਪਾ ਕੇ ਚਲੇ ਜਾਇਆ ਜੀ, ਉਸੇ ਵੇਲੇ ਦੱਸ ਦੇਗਾ ਹੱਦ ਹੋ ਗਈ ਹੈ। ਮਤਲਬ ਕਿ ਸਾਨੂੰ ਡਰ ਨਹੀਂ, ਅਸੀਂ ਡੰਡੇ ਤੋਂ ਡਰਦੇ ਹਾਂ, ਰੱਬ ਤੋਂ ਨਹੀਂ ਡਰਦੇ। ਸਤਿਗੁਰੂ ਕੋਲ ਆਉਣਾ ਹੈ, ਪੂਰੇ ਸਾਵਧਾਨ ਹੋ ਕੇ ਆਈਏ, ਮਨ 'ਚ ਭਉ ਹੋਵੇ ਗੁਰੂ ਕੋਲ ਚੱਲਿਆ। ਕਿਉਂ ਮੈਂ ਵੇਖਦਾ ਕਈ ਵਾਰ ਇਹੋ ਜਿਹਾ ਹੁੰਦਾ, ਉਹਨੂੰ ਸਮਝਾਈਏ ਅਤੇ ਆਖਣਗੇ ਲਓ ਜੀ ਇੰਨਾ ਕੁ ਤਾਂ ਤਨ ਟੱਕਿਆ, ਤਾਂ ਮੈਂ ਕਿਹਾ ਐਂ ਸਕੂਲ ਜਾਵੀਂ ਖਾਂ ਫਿਰ ਬੱਚਿਆ, ਫਿਰ ਤੈਨੂੰ ਤੇਰੇ ਟੀਚਰ ਦੱਸ ਦੇਣਗੇ, ਵੇਖੀ ਫਿਰ ਤੈਨੂੰ ਦੱਸਦੇ ਸਮਝਾਉਂਦੇ ਕਿੱਡੇ ਢੰਗ ਨਾਲ, ਜਦੋਂ ਇਹਨਾਂ ਬੱਕਰਿਆਂ ਨੂੰ ਢਾਲਿਆ ਤਾਂ ਪਤਾ ਲੱਗ ਜਾਏਗਾ ਤੈਨੂੰ ਬਈ ਕਿਵੇਂ ਆ। ਇੱਧਰ ਡਰ ਨਹੀਂ ਅਤੇ ਆਉਂਦੇ ਵੀ ਕੋਈ ਗੱਲ ਨਹੀਂ, ਜਿੱਧਰ ਜਦੋਂ ਰੱਬ ਦੀ ਗੱਲ ਆਏਗੀ ਨਾ ਉਦੋਂ ਕਹਿਣਗੇ ਜੀ ਐਂ ਕੀ ਹੁੰਦਾ, ਐਂ ਕੀ ਹੁੰਦਾ ਹੈ ਜੀ। ਮਨ ਦਾ ਸਾਫ਼ ਹੋਣਾ ਚਾਹੀਦਾ, ਉਹ ਜਿਹਦਾ ਤਨ ਹੀ ਸਾਫ਼ ਨਹੀਂ ਹੋਇਆ, ਜਿਹਦੀ ਤੋਰ ਸਾਫ਼ ਨਹੀਂ ਹੋਈ, ਜਿਹਦੇ ਬੋਲ ਸਾਫ਼ ਨਹੀਂ ਹੋਏ, ਜਿਹਦੀ ਨਦਰ ਸਾਫ਼ ਨਹੀਂ ਹੋਈ, ਜਿਹਦੀ ਸਰੋਤ ਸੁਣਨਾ ਸਾਫ਼ ਨਹੀਂ ਹੋਇਆ, ਜਿਹਦਾ ਸੰਗ ਸਾਫ਼ ਸੁਥਰਾ ਨਹੀਂ ਬਾਹਰੋਂ ਹੋਇਆ, ਉਹਦਾ ਮਨ ਕੀ ਖਾਕ ਸਾਫ਼ ਹੋਵੇਗਾ। ਗੁਰੂ ਤੋਂ ਡਰ, ਸੰਸਾਰ ਤੋਂ ਬੇਸ਼ੱਕ ਨਾ ਡਰ। ਜੇ ਗੁਰੂ ਤੋਂ ਡਰੇਗਾ ਤੂੰ ਮਾੜਾ ਕਰਨਾ ਹੀ ਨਹੀਂ, ਅਤੇ ਜਿਹੜਾ ਮਾੜਾ ਕਰਦਾ ਨਹੀਂ ਉਹਨੂੰ ਸੰਸਾਰ ਤੋਂ ਡਰਨ ਦੀ ਲੋੜ ਨਹੀਂ। ਮਹਾਰਾਜ ਦੀ ਬਾਣੀ ਇਹ ਗੱਲ ਕਹਿੰਦੀ, ਸੋ ਡਰੈ ਜੇ ਪਾਪ ਕਮਾਉਂਦਾ, ਧਰਮੀ ਬਖਸ਼ੇਦ, ਧਰਮੀ ਨੂੰ ਡਰਨ ਦੀ ਲੋੜ ਨਹੀਂ। ਉਹਨੇ ਗੱਲ ਜਿਹੜੀ ਇੱਥੇ ਕਰਨੀ ਉਹਨੇ ਪਾਸੇ ਹੋ ਕੇ ਵੀ ਕਰ ਦੇਣੀ ਹੈ, ਚਾਹੇ ਉਹ ਚਾਰ ਬੀਬੀਆਂ 'ਚ ਖੜਾ ਹੋਵੇ, ਚਾਹੇ ਚਾਰ ਗੁਰਮੁਖਾਂ 'ਚ ਖੜਾ ਹੋਵੇ, ਉਹਦੀ ਗੱਲ ਇੱਕੋ ਨੂੰ ਭੈ ਨਹੀਂ, ਭੈ ਉਹਨੂੰ ਹੈ ਜਿਹਨੇ ਇੱਥੇ ਹੋਰ ਅਤੇ ਉੱਥੇ ਲੁੱਕ ਕੇ ਛਿਪ ਕੇ ਹੋਰ ਗੱਲ ਕਰਨੀ ਹੈ, ਭੈ ਉਹਨੂੰ ਹੈ ਜਿਹੜਾ ਉਹ ਭੈ ਵਾਲੀ ਚੀਜ਼ ਹੈ, ਉਹ ਸੰਸਾਰ ਤੋਂ ਡਰਦਾ, ਉਹ ਪਾਪ ਹੈ ਅਤੇ ਪਾਪ ਦੀ ਲਿਸਟ ਤਿਆਰ ਹੈ, ਗੁਪਤ, ਉਹ ਗੁਪਤ ਲਿਖਤ ਹੋਣੀ। ਚਿੱਤਰ ਦਾ ਅਰਥ ਹੁੰਦਾ ਜਿਹੜਾ ਚਿੱਤਰ ਗੁਪਤ ਕਹਿੰਦੇ ਨਾ, ਅਸੀਂ ਇਹ ਮਨੁੱਖ ਬਣਾਏ ਹੋਏ ਨੇ, ਨਹੀਂ ਐਸਾ ਕੁਝ ਨਹੀਂ ਗਾ, ਇਹ ਚਿੱਤਰ ਮਹਿਣਾ ਹੁੰਦਾ ਸਾਹਮਣੇ, ਜੋ ਅਸੀਂ ਸਭ ਦੇ ਸਾਹਮਣੇ ਕਰਦੇ। ਗੁਪਤ ਮਹਿਣਾ ਹੁੰਦਾ ਮਾਂ ਬਾਪ ਤੋਂ, ਭੈਣ ਭਾਈਆਂ ਤੋਂ, ਦੋਸਤਾਂ ਮਿੱਤਰਾਂ ਤੋਂ ਲੁਕ ਛਿਪ ਕੇ ਕਰਨੇ। ਕਹਿੰਦੇ ਰੱਬ ਜਾਣਦਾ ਹੀ ਉਹ ਤੇਰੀ ਲਿਖਤ ਜਿਹੜੀ ਗੁਪਤ ਵੀ ਹੈ ਅਤੇ ਜਿਹੜੀ ਚਿੱਤਰ ਸਾਹਮਣੇ ਵੀ ਕੀਤੇ ਨੇ, ਉਹ ਸਭ ਜਾਣਦਾ। ਡਰਨਾ ਹੈ ਅਤੇ ਪਰਮਾਤਮਾ ਤੋਂ ਉਹਦੀ ਬਖਸ਼ਿਸ਼ ਤਾਂ ਹੋਣੀ ਹੈ, ਇੱਧਰ ਸਾਨੂੰ ਡਰ ਕੋਈ ਨਹੀਂ। ਇੱਕ ਵਾਰੀ ਸਾਨੂੰ ਕੋਈ ਪ੍ਰਸ਼ਾਸਨ ਅਧਿਕਾਰੀ ਕਹੇ ਤੂੰ ਇੱਧਰ ਨਹੀਂ ਜਾਣਾ, ਅਤੇ ਪਤਾ ਵੀ ਦੂਜੀ ਵਾਰ ਨੂੰ ਗਏ ਤਾਂ ਡੰਡਾ ਫਿਰੇਗਾ, ਉਹ ਕਹਿ ਦੇ ਇੱਧਰ ਨੂੰ ਆਇਆ ਅਤੇ ਲੈ ਤੈਨੂੰ ਹੁਣ ਛੱਡ ਦੇਣੇ, ਚਲਾਨ ਡਬਲ ਹੋ ਜਾਣਾ। ਜੇ ਉੱਧਰ ਨੂੰ ਮੁੜ ਕੇ ਗਏ ਚਲੇ ਤਾਂ ਕਹਿ ਦਿਓ, ਅਤੇ ਮਹਾਰਾਜ ਕਹਿ ਦੇ ਬਈ ਵੇਸ਼ਵਾ ਦੇ ਕਮਰੇ ਨਹੀਂ ਜਾਣਾ, ਨਹੀਂ ਜਾਣਾ, ਤੇਰਾ ਜੀਵਨ ਬਰਬਾਦ, ਲਾਇਵ ਪਰਮਾਤ ਹੈ। ਅਸੀਂ ਕਹਿਣਾ ਮਹਾਰਾਜ ਨੇ ਕਿਹੜਾ ਸਾਡਾ ਚਲਾਨ ਕੱਟਣਾ, ਵੇਖੀ ਜਾ ਅਸੀਂ ਪੰਜ ਗੇੜੇ ਲਾਵਾਂਗੇ ਉਹਦੇ ਦਰਵਾਜ਼ੇ ਮੂਹਰੇ। ਕਿਉਂਕਿ ਡਰ ਨਹੀਂ, ਭੈ ਨਹੀਂ ਪਰਮਾਤਮਾ ਦਾ। ਅਸੀਂ ਗੁਰੂ ਕੋਲ ਆਉਣਾ ਹੈ ਨਾ, ਮੁਸਲਮਾਨ ਘਰਾਣਿਆਂ ਦੇ ਵਿੱਚ ਚੰਗਾ ਗੁਣ ਕਿਤਿਓਂ ਵੀ ਲੈ ਲੈਣਾ ਚਾਹੀਦਾ। ਉਹਨਾਂ ਦੀਆਂ ਬੀਬੀਆਂ ਕੁਰਾਨ ਪਾਕ ਪੜ੍ਹਨਗੀਆਂ ਅਤੇ ਉਹਨਾਂ ਦੇ ਦੇਖਿਓ, ਉਹਨਾਂ ਦੇ ਸਿਰ ਢੱਕਣ ਦਾ ਤਰੀਕਾ ਦੇਖਿਆ ਜੀ, ਇੱਥੋਂ ਚੁੰਨੀ ਲਿਆ ਕੇ ਕੰਨਾਂ ਤੋਂ ਥੱਲਿਓਂ ਗਲਮੇ ਦੇ ਕੱਢ ਕੇ ਉਹਨੇ ਇੱਕ ਇੱਥੋਂ ਦੂਰਾ ਗੇੜਾ ਮਾਰਿਆ ਹੁੰਦਾ ਵੀ ਨਾ ਹੋਵੇ। ਅਤੇ ਸਾਡੇ ਕਈ ਵਾਰ ਨਾ ਗੁਸਤਾਖੀ ਮਾਫ਼ ਬੀਬੀ ਉਹ ਮੈਨੂੰ ਕਰਨੀ, ਕਈ ਵਾਰ ਮੱਥਾ ਟੇਕਦੇ ਜਾਂ ਬੀਬੀਆਂ ਨਿਤਨਿਮ ਕਰਦੀਆਂ ਹੁੰਦੀਆਂ, ਇੱਥੋਂ ਕੰਨਾਂ ਤੱਕ ਚੁੰਨੀ ਹੁੰਦੀ, ਅਗਲਾ ਸਿਰ ਸਾਰਾ ਨੰਗਾ ਹੁੰਦਾ ਵੀ ਕਿ ਮਹਾਰਾਜ ਸਾਹਿਬ ਕੋਲ ਆਏ, ਐਂ ਪੂਰਾ ਸਿਰ ਢੱਕ ਕੇ। ਸਾਵਧਾਨ ਮਤਲਬ ਡਰ ਨਹੀਂ, ਸਾਵਧਾਨ ਜਿਵੇਂ ਅਸੀਂ ਕਿਸੇ ਔਰ ਅਫਸਰ ਦੇ ਕੋਲ ਬੈਠੇ ਨਾ ਬੜੀ ਸਾਵਧਾਨੀ ਨਾਲ, ਇਹ ਤਾਂ ਕਰੋੜਾਂ ਅਫਸਰਾਂ ਨੂੰ ਪੈਦਾ ਕਰਨ ਵਾਲਾ ਹੈ ਸਾਵਧਾਨਤਾ ਦੇ ਨਾਲ। ਜਿਵੇਂ ਸਮਝਦੇ ਨਾ ਅਸੀਂ ਕਿਸੇ ਥਾਣੇਦਾਰ ਨੂੰ, DC ਨੂੰ, ਇੰਸਪੈਕਟਰ ਨੂੰ, ਔਰ ਕਿਸੇ ਵੱਡੇ ਉੱਚ ਅਧਿਕਾਰੀ ਨੂੰ ਮਿਲਣ ਜਾਣਾ, ਫਿਰ ਅਸੀਂ ਕਿੰਨਾ ਫੱਬ ਵੱਬ ਕੇ ਜਾਂਦੇ ਹਾਂ, ਅਤੇ ਫਿਰ ਵੇਖ ਲਿਆ ਕਰੀਏ ਵੀ ਮਹਾਰਾਜ ਨੂੰ ਅਸੀਂ ਕੀ ਸਮਝਦੇ ਉਦੋਂ ਥੱਲੇ ਵਾਲਾ। ਕੋਈ ਗੱਲ ਨਹੀਂ ਵੀ ਕੱਛੇ ਬਨੈਣ 'ਚ ਹੀ ਮੱਥਾ ਟੇਕ ਆਵਾਂਗੇ, ਕਿਹੜਾ ਕੋਈ ਪੁੱਛਦਾ ਇੱਥੇ। ਨਹੀਂ, ਗੁਰਮੁਖੋ ਇੱਕ ਮਰਜ਼ਾਦਾ ਹੈ ਗੁਰੂ ਘਰ ਦੀ, ਗੁਰੂ ਨੂੰ ਮਿਲਣਾ ਹੈ ਅਤੇ ਮੇਰਾ ਡਰ ਨਹੀਂ ਤੁਹਾਡਾ ਡਰ ਨਹੀਂ, ਡਰਨਾ ਹੈ ਅਤੇ ਇਹਦੇ ਤੋਂ ਡਰ। ਕਾਰਜ ਇਹਨੇ ਸਵਾਰਨੇ, ਨਾ ਮੈਂ ਸਵਾਰਨੇ ਨਾ ਦੂਜੇ ਨੇ, ਔਰ ਡਰਨਾ ਅਤੇ ਇਹ ਤੋਂ ਡਰ,
कहिंदे हो बड़े प्रवीण सियाने भी हुंदे ने, गुरु दे उपदेश नूं हिरदे च वसाउंदे ने, ओह निर्मोलक धन जाणदे आ, इहदे नाल दा धन होर कोई नहीं। कहिंदे परम निदान गुर ज्ञान लेवलीन है, परम सब तों निदान वड्डा खजाना वाहिगुरु दा नाम, उहदे विच लिवलीन हो जांदे, सुरत दे नाल मिल जांदे, एक मिगता हासिल कर लैंदे ने गुरसिख प्यारे। शब्द सुरत ले व गुर सिख संद मिले, शब्द दे विच सुरत जदों जुड़दी उदों गुरु ते सिख दी संधि हुंदी, मिलाप हुंदा, जिवें दो देशां दी संधि हुंदी ना, मिलाप हुंदा, आदान प्रदान हुंदा, व्यापार चलदा, ऐं फिर गुरु ते सिख दी जदों सिख दी लिव शब्द जुड़दी, गुरु तों दातां लैंदा, गुरु नूं नाम जप जप के देंदा है, नमस्कारां देंदा है, महाराज तेरे नमस्कार है, उहदे तों दातां लै के फिर अगे संसार नूं दसदा है, जुड़ो ते वरताउंदा है, वरतावा बन के फिर उहदी अवस्था की है। सोहं सोहं एक मेक आपा आप चीन है, और सोहं और ओ परमात्मा, ते जिहड़ा ओ परमात्मा है, जो रूप वो परमात्मा है, अहं सो अहं मैना मैं सो ओ रूप हो गया, मैं ओ रूप हो गया एकमेक, जिवें ताने विच पेटा ते पेटे विच ताना मिल गया, एक दूड़ा जां दरी बनी ना, फिर परमात्मा रूप हो गए, एकता बन गई, आप चीन है, अपने आप नूं गुरसिख जानदा मैं परमात्मा दा रूप है। जिवें महाराज कबीर साहब ने बचन कहन लगे, अब तो जाए चढ़े संघासन मिला है सारंग पानी, राम कबीरा एक भई है, कोई ना सके पछानी वो जान लैंदा है, और गुरु दे विच मिलाप हो गया है, हुण तन मेरा है ते बोल गुरु दे, मरदादा गुरु दी, वो किसे दी पैता नहीं रखदा, डरदा है ते सतगुरु तो, जो करदा है ते सतगुरु दे अनुकूल, संसार उहदा कुछ नहीं विगाड़ सकदा, संसार नूं सवारदा है, जिहड़ा उहदे कहे अनुसार अगे तुरदा है, उहनूं रब तक पहुँचा दिंदा है, उहदा वकील बन के, उहदा विचोला बन के, रब नाल उहदा मिलाप करवा दिंदा है। ये भाई साहिब भाई गुरदास जी ने सानूं सूझ बूझ बख्शी है, असीं नाल नाल गुरमत दे धारनी होणा है, गुरु गुरु जपना है, ते गुरु ने साडी बांह फड़नी, जे बेड़े पार करने जे बंदा कोई ना कर सकिया जे, ते ना कर सके, और गल्लां जिन्नियां मर्जी कोई मारी जावे मैं आ कर दूं, नहीं, सतगुरु महाराज ने जे सानू सांस दित्ते है ना, सवास, ते तां ही असीं चलदे फिरदे आ, उहदे तों बगैर ते इक सवास साह नहीं लिया जाणा, इक साह, होर तां कम धंदे तां गांह दीआं गल्लां ने, गुरु दा शुकर करिया करिए, गुरु दा सिमरन करिया करिए, गुरु वाले गुण धारण करिया करिए, गुरमतीए बणीए, गुरसिख बणीए, मन मत नूं त्यागीए, ते गुरु दी मत नूं ग्रहण करिए, साडा आया सफला, तां ही कथा कीतियां कथा सुणियां ते सतसंगत कीती सफली आ, जे गुरु वल नूं कुझ ना कुझ तुर पए मुड़ पए साडा आया सफला। बेअंत भुल्लां दी खिमा साहिब दे बचन जाण हिरदियां च वसावने, इन्नियां बेनतियां प्रवान अरदास अंदर शामिल होइए, वाहिगुरु जी का खालसा वाहिगुरु जी की फतेह। तू ठाकुर।